ਸਿਰਫ ਕਰਦੇ ਆ ਮੇਰੇ ਸਹਿਯੋਗੀ ਅਮਨ ਬਰਾੜ ਦਾ ਅਮਨ ਭਾਵੇਂ ਉਹ ਸਾਬਕਾ ਸਰਕਾਰਾਂ ਹੋਣ ਭਾਵੇਂ ਉਹ ਮੌਜੂਦਾ ਸਰਕਾਰ ਸਲਾਹਕਾਰਾਂ ਦੀ ਇੱਕ ਫੌਜ ਜਿਹੜੀ ਹੈ ਉਹਨਾਂ ਦੇ ਨਾਲ ਖੜੀ ਹੁੰਦੀ ਹੁਣ ਜਿਹੜੇ ਸਿਆਸੀ ਸਲਾਹਕਾਰ ਲਾਏ ਗਏ ਬੀਤੇ ਮਹੀਨੇ ਉਸ ਤੇ ਵੀ ਇਤਰਾਜ਼ ਜਤਾਇਆ ਗਿਆ ਕਿ ਲੱਖਾਂ ਰੁਪਏ ਖਰਚ ਹੁੰਦੇ ਨੇ ਜਨਤਾ ਦੀ ਜੇਬ ਤੋਂ ਇਹ ਪੈਸਾ ਜਾਂਦਾ ਹੈ ਜਿਸ ਦੇ ਨਾਲ ਐਕਸਟਰਾ ਜਿਹੜੀ ਸਹੂਲਤਾਂ ਨੇ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਭਾਵੇਂ ਬੇਸ਼ੱਕ ਇਹ ਕਹਿੰਦੇ ਰਹੇ ਹੋਣ ਕਿ ਅਸੀਂ ਸਹੂਲਤਾਂ ਨਹੀਂ ਲੈ ਰਹੇ ਪਰ ਹੁਣ ਸਵਾਲ ਇਹ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਇਹਨਾਂ ਸਲਾਹਕਾਰਾਂ ਨੇ ਕੰਮ ਕੀ ਕੀਤਾ ਉਸ ਦੇ ਬਾਰੇ ਕੋਈ ਲਿਖਤੀ ਤੌਰ ਤੇ ਜਾਣਕਾਰੀ ਹੀ ਨਹੀਂ ਅੱਜ ਬਿਲਕੁਲ ਰਜਿੰਦਰ ਸਭ ਤੋਂ ਵੱਡਾ ਸਵਾਲ ਇਹੀ ਹੀ ਹੈ ਤੇ ਆਰਟੀਆਈ ਰਾਹੀਂ ਵੀ ਪੁੱਛੀ ਇਹ ਗੱਲ ਗਈ ਸੀ ਪੁੱਛਿਆ ਗਿਆ ਸੀ 1 ਮਾਰਚ 2007 ਤੋਂ ਲੈ ਕੇ 13 ਅਕਤੂਬਰ 2019 ਤੱਕ ਆਖਿਰਕਾਰ ਇੰਨੇ ਸਲਾਹਕਾਰ ਬਦਲੇ ਅਕਾਲੀ ਦਲ ਵੇਲੇ ਵੀ 9 ਤੋਂ 10 ਸਲਾਹਕਾਰ ਸਨ ਹੁਣ ਵੀ 20 ਤੋਂ ਜ਼ਿਆਦਾ ਸਲਾਹਕਾਰ ਨੇ ਤਾਂ ਉਹਨਾਂ ਸਲਾਹਕਾਰਾਂ ਨੇ ਸਲਾਹ ਕੀ ਦਿੱਤੀ ਹੈ ਮੁੱਖ ਮੰਤਰੀ ਨੂੰ ਕਦੇ ਕੀ ਲਿਖਤੀ ਰੂਪ ਵਿੱਚ ਕੋਈ ਸਲਾਹ ਦਿੱਤੀ ਗਈ ਪਰ ਜੋ ਜਵਾਬ ਵਿੱਚ ਮਿਲਿਆ ਸੀਐਮ ਦਫ਼ਤਰ ਕਹਿੰਦਾ ਸਾਡੇ ਕੋਲ ਕੋਈ ਲੇਖਾ ਜੋਖਾ ਹੀ ਹੈ ਨਹੀਂ ਸਾਡੇ ਕੋਲ ਕੋਈ ਆਂਕੜਾ ਨਹੀਂ ਹੈ ਕਿ ਕਦੇ ਕੋਈ ਸਲਾਹ ਦਿੱਤੀ ਗਈ ਜਾਂ ਨਹੀਂ ਦਿੱਤੀ ਗਈ ਉਹ 10 ਸਾਲ ਦਾ ਦੌਰ ਸੀ ਤਾਂ ਚਰਨਜੀਤ ਬਰਾੜ ਅਕਾਲੀ ਦਲ ਦੇ ਓਐਸਡੀ ਰਹੇ ਨੇ ਸਾਡੇ ਨਾਲ ਚਰਨਜੀਤ ਬਰਾੜ ਵੀ ਨੇ ਬਰਾੜ ਸਾਹਿਬ ਸਲਾਹ ਨਹੀਂ ਦਿੱਤੀ ਗਈ ਆਰਟੀ ਰਾਹੀਂ ਜਵਾਬ ਮਿਲਿਆ ਕਿ 13 ਸਾਲਾਂ ਦੇ ਵਿੱਚ ਪਿਛਲੇ 13 ਸਾਲਾਂ 'ਚ 30 ਤੋਂ ਜ਼ਿਆਦਾ ਜਿਹੜੇ ਸਲਾਹਕਾਰ ਨੇ ਅਲੱਗ ਅਲੱਗ ਮੁੱਖ ਮੰਤਰੀਆਂ ਨਾਲ ਰਹੇ ਨੇ 10 ਸਾਲ ਪ੍ਰਕਾਸ਼ ਸਿੰਘ ਬਾਦਲ ਨਾਲ 3 ਸਾਲ ਲਗਭਗ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਰ ਸੀਐਮ ਦਫ਼ਤਰ ਕਹਿੰਦਾ ਕਿ ਲੇਖਾ ਜੋਖਾ ਹੀ ਹੈ ਨਹੀਂ ਸਾਡੇ ਕੋਲ ਸਲਾਹਕਾਰਾਂ ਦਾ ਹਾਲਾਂਕਿ ਪੱਤੇ ਵੀ ਜਾਂਦੇ ਨੇ ਗੱਡੀਆਂ ਵੀ ਸਲਾਹਕਾਰਾਂ ਨਾਲ ਹੁੰਦੀਆਂ ਨੇ ਕੋਠੀਆਂ ਵੀ ਸਲਾਹਕਾਰਾਂ ਨੂੰ ਮਿਲਦੀਆਂ ਨੇ ਕੀ ਕਹੋਗੇ ਤੁਸੀਂ ਵੀ ਓਐਸਡੀ ਰਹੇ ਹੋ ਦੇਖੋ ਮੈਂ ਇੱਕ ਗੱਲ ਕਹਾਂ ਕਿ ਜਿਸ ਤਰ੍ਹਾਂ ਦਾ ਇਸ ਸਰਕਾਰ ਨੇ ਰਿਵਾਜ ਪਾਇਆ ਪਹਿਲਾਂ ਤਾਂ ਮੈਂ ਤੁਹਾਡਾ ਅੰਕੜਾ ਦਰੁਸਤ ਕਰਦੇ ਹਾਂ ਇਸ ਸਰਕਾਰ ਦੇ ਵਿੱਚ 27 ਦੇ ਕਰੀਬ ਜਿਹੜੇ ਹੈਗੇ ਆ ਉਹ ਸਲਾਹਕਾਰ ਭਾਵੇਂ ਉਹ ਕਿਸੇ ਕੈਬਨਿਟ ਰੈਂਕ 'ਚ ਭਾਵੇਂ ਰਾਜ ਮੰਤਰੀ ਦੇ ਰੈਂਕ 'ਚ ਭਾਵੇਂ ਜਿਹੜਾ ਸੀਗਾ ਇਸੇ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਨਾਲ ਇਹ ਘੱਟੋ ਘੱਟ 1 ਲੱਖ ਰੁਪਏ ਤਨਖਾਹ ਜਿਹੜੀ ਹੈ ਉਹ ਕੀਤੀ ਹੈ ਅਤੇ 27 ਦੇ ਕਰੀਬ ਹੈ ਇੱਕ ਤਾਂ ਇਹ ਪਹਿਲੂ ਹੈ ਜਿਹੜੇ ਇਸ ਸਰਕਾਰ ਦਾ ਮੈਂ ਸਮਝਦਾ ਕਿ ਸਰਕਾਰ ਨੂੰ ਬਚਾਉਣ ਲਈ MLA ਨੂੰ ਵੀ ਕੈਬਨਿਟ ਰੈਂਕ ਦਿੱਤੇ ਗਏ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਦੇਖਿਆ ਕਿ ਕਿਵੇਂ ਨਵਾਂ ਕਾਨੂੰਨ ਬਣਾ ਕੇ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਇੱਕ ਦੂਜੀ ਮੈਂ ਬੇਨਤੀ ਇਹ ਕਰਦੇ ਹਾਂ ਕਿ ਜਿਹੜੇ ਟੈਕਨੀਕਲ ਜਿਹੜੇ ਐਡਵਾਈਜ਼ਰ ਲੱਗਦੇ ਆ ਉਹਨਾਂ ਨੇ ਤਾਂ ਟੈਕਨੀਕਲ ਕੋਈ ਫਾਈਲ 'ਤੇ ਸਲਾਹ ਵੀ ਦੇਣੀ ਹੁੰਦੀ ਹੈ ਔਰ ਜਿਹੜੇ ਮੀਡੀਆ ਸਲਾਹਕਾਰ ਹੋਣ ਜਾਂ ਐਜ਼ OSD ਰੱਖੇ ਹੋਣ ਜਿਵੇਂ ਸਾਡੇ ਵੇਲੇ ਦੀ ਮੈਂ ਗੱਲ ਕਰ ਲਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ OSD ਸਾਹਿਬਾਨ ਸੀ ਉਹਨਾਂ ਨੂੰ ਸਿਰਫ 30,000 ਰੁਪਏ ਤਨਖਾਹ ਮਿਲਦੀ ਸੀ ਅੱਜ ਦੀਆਂ ਸਹੂਲਤਾਂ ਇਹਨਾਂ ਨੇ 30,000 'ਚ ਕੀ ਲਿਖਿਤ ਰੂਪ 'ਚ ਕੋਈ ਤੁਸੀਂ ਵੀ ਸਲਾਹ ਦਿੱਤੀ ਕਦੇ ਜਾਂ ਅਕਾਲੀ ਦਲ ਵੇਲੇ ਵੀ ਜਾਣਕਾਰੀ ਹੈ 13 ਸਾਲ ਦੀ ਜਾਣਕਾਰੀ ਹੈ ਕੋਈ ਲਿਖਿਤ 'ਚ ਸਲਾਹ ਹੀ ਹੈ ਨਹੀਂ ਮੰਨਦੇ ਹੋ ਠੀਕ ਹੈ ਕਿ ਤਨਖਾਹਾਂ ਜ਼ਰੂਰ ਜਾਂਦੀਆਂ ਨੇ ਗੱਡੀਆਂ ਵੀ ਮਿਲਦੀਆਂ ਨੇ ਕੋਠੀਆਂ ਵੀ ਜਾਂਦੀਆਂ ਨੇ ਪਰ ਲਿਖੇ ਦੇ ਵਿੱਚ ਕੋਈ ਸਲਾਹ ਨਹੀਂ ਦਿੱਤੀ ਜਾਂਦੀ ਕਿਸੇ ਵੀ ਸਲਾਹਕਾਰ ਵੱਲੋਂ ਮੈਂ ਬਰਾੜ ਸਾਹਿਬ ਇੱਕ ਨਵੀਂ ਗੱਲ ਦੀ ਪੇਸ਼ਾਕਾਰੀ ਤੁਹਾਨੂੰ ਕਰੂੰਗਾ ਤੁਸੀਂ ਚੀਫ ਸੈਕਟਰੀ ਨੂੰ ਪੁੱਛ ਲਓ ਤੁਸੀਂ DGP ਨੂੰ ਪੁੱਛ ਲਓ ਤੁਸੀਂ ਕੈਬਨਿਟ ਕਿਸੇ ਮੰਤਰੀ ਨੂੰ ਪੁੱਛ ਲਓ ਵੀ ਕੀ ਤੁਸੀਂ ਕੰਮ ਕੀਤਾ ਕਿਸੇ ਦਾ ਕੰਮ ਦਾ ਤੁਹਾਨੂੰ ਮੂਹਰੇ ਲਿਖ ਕੇ ਨਹੀਂ ਆਉਣਾ ਵੀ ਆਹ ਕੰਮ ਕੀਤਾ DGP ਦੇ ਸਿਗਨੇਚਰ ਸੁਣ ਲਓ ਨਾ ਜੀ ਸੁਣ ਲਓ ਬੇਨਤੀ ਸੁਣ ਲਓ ਸਿਗਨੇਚਰ ਜੇ ਕੋਈ ਮੰਨ ਲਓ ਕੋਈ ਆਰਡਰ ਨਿਕਲਣਾ ਫਾਈਲ ਨਿਕਲਣਾ ਉੱਥੇ ਹੀ ਹੋਣੇ ਨਾ ਜੇ ਤੁਸੀਂ ਕੰਮਾਂ ਦੀ ਗੱਲ ਕਹੋ ਤਾਂ ਕਿਸੇ ਦਾ ਫਾਈਲ ਦੇ ਉੱਤੇ ਸਾਰਿਆਂ ਦੇ ਕੋਈ ਜ਼ਰੂਰੀ ਨਹੀਂ ਹੈ ਕਿ ਬਹੁਤ ਸਾਰੇ ਕੰਮ ਹੋਣ ਪਰ ਜੇ ਤੁਸੀਂ ਕੰਮਾਂ ਦੀ ਗੱਲ ਵੇਖੋ ਜੇ ਤੁਸੀਂ ਸਾਡੇ ਵੇਲੇ ਦੇ ਸਲਾਹਕਾਰਾਂ ਦੀ ਜਾਂ OSD ਦੀ ਗੱਲ ਕਰਦੇ ਹੋ ਸਾਰੇ ਅੱਖਾਂ ਕੰਨ ਸਰਕਾਰ ਦੇ ਜਿੱਥੇ ਅਫਸਰ ਹੁੰਦੇ ਆ ਉੱਥੇ ਨਿਯੁਕਤ ਕੀਤਾ ਆਪਦਾ ਸਟਾਫ ਵੀ ਹੁੰਦਾ 24 ਘੰਟੇ ਪਬਲਿਕ ਆਉਣੀ ਉਹਨੂੰ ਡੀਲ ਕਰਨਾ 24 ਘੰਟੇ ਜਿਹੜਾ ਹੈਗਾ ਸਰਕਾਰ ਦੀ ਫੀਲਡ ਦੇ ਵਿੱਚ ਕੋਈ ਰਿਪੋਰਟਾਂ ਜਾਂ ਕੋਈ ਪਾਰਟੀ ਦੇ ਬੰਦੇ ਉਹਨਾਂ ਨੂੰ ਯਾਨੀ ਕਿ ਮੇਰਾ ਖਿਆਲ ਹੈ ਕਿ ਚਰਨਜੀਤ ਬਰਾੜ ਇਹ ਕਹਿ ਰਹੇ ਨੇ ਕਿ ਉਹਨਾਂ ਵੱਲੇ ਤੇ ਕੰਮ ਹੁੰਦਾ ਸੀ ਪਰ ਹੁਣ ਜਿਹੜੇ ਸਲਾਹਕਾਰ ਨਿਯੁਕਤ ਕੀਤੇ ਗਏ ਨੇ ਉਹ ਕੰਮ ਨਹੀਂ ਕਰ ਰਹੇ ਪਰ ਗੱਲ ਤੇ ਪਿਛਲੇ 13 ਸਾਲਾਂ ਦੀ ਹੈ ਅਮਨ ਸ਼ੁਕਰੀਆ ਫਿਲਹਾਲ ਇਸ ਪੂਰੀ ਗੱਲਬਾਤ ਲਈ ਇਸ ਪੂਰੀ ਜਾਣਕਾਰੀ ਲਈ ਸੋ 13 ਸਾਲਾਂ ਦੀ ਜਾਣਕਾਰੀ ਮੰਗੀ ਗਈ ਲੇਖਾ ਜੋਖਾ ਮੰਗਿਆ ਗਿਆ ਕਿ ਆਖਿਰ ਸੀਐਮ ਦੇ ਸਲਾਹਕਾਰ ਕਰਦੇ ਕੀ ਨੇ ਪਰ ਇਸ ਬਾਰੇ ਕੋਈ ਲਿਖਿਤ ਜਾਣਕਾਰੀ ਚੀਫ ਮਿਨਿਸਟਰ ਆਫਿਸ ਕੋਲ ਨਹੀਂ ਹੈ ਹਾਲਾਂਕਿ ਬਚਾ ਕੀਤਾ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿ ਲਿਖਤੀ ਤੌਰ ਤੇ ਨਹੀਂ ਸਿਰਫ ਬੋਲ ਕੇ ਸੀਐਮ ਨੂੰ ਸਲਾਹ ਦਿੱਤੀ ਜਾਂਦੀ ਪਰ ਸਲਾਹਕਾਰਾਂ ਦੀ ਫੌਜ ਭਾਵੇਂ ਉਹ ਸਾਬਕਾ ਸਰਕਾਰਾਂ ਹੋਣ ਜਾਂ ਮੌਜੂਦਾ ਸਰਕਾਰਾਂ ਸੀਐਮ ਦੇ ਨਾਲ ਮੌਜੂਦ ਹੁੰਦੀ ਹੈ ਕਿਉਂਕਿ ਕਿਸੇ ਤੋਂ ਲੁਕਿਆ ਨਹੀਂ ਕਿ ਵਿਧਾਇਕਾਂ ਨੂੰ ਐਡਜਸਟ ਕਰਨ ਦੀ ਇਹ ਕੋਸ਼ਿਸ਼ ਹੁੰਦੀ ਹੈ ਵਿਧਾਇਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜਿਹੜੇ ਪਿਛਲੇ ਦਿਨੀ ਸਲਾਹਕਾਰ ਨਿਯੁਕਤ ਕੀਤੇ ਗਏ ਨੇ 6 ਵਿਧਾਇਕਾਂ ਨੂੰ ਐਡਜਸਟ ਕੀਤਾ ਗਿਆ ਕੈਬਨਿਟ ਮੰਤਰੀ ਦਾ ਵੀ ਦਰਜਾ ਦਿੱਤਾ ਗਿਆ ਉਸ ਤੇ ਵੀ ਇਤਰਾਜ਼ ਜਤਾਇਆ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਕੌਣ ਸਲਾਹਕਾਰ ਕੀ ਕਰ ਰਿਹਾ ਹੈ ਇਸ ਬਾਰੇ ਕੋਈ ਲੇਖਾ ਜੋਖਾ ਸੀਐਮਓ ਕੋਲ ਨਹੀਂ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ